हाँ जी, मिस्टर पेंडू ट्रैक्टर मॉडल्स चैनल नूं सब्सक्राइब करो अते बैल दे आइकन नूं प्रेस करो साडियां लेटेस्ट वीडियो सब तो पहलां वेखण लई।
ਆਪਣਾ ਟਰੈਕਟਰ ਤਿਆਰ ਹੋ ਚੁੱਕਿਆ, ਲਗਭਗ ਰੈਡੀ ਹੈ। ਮਾੜੀਆਂ ਮੋਟੀਆਂ ਚੀਜ਼ਾਂ ਰਹਿੰਦੀਆਂ ਨੇ, ਜਿੱਦਾਂ ਪਿੱਛੇ ਹੁੱਕ ਅਤੇ ਜਿਹੜਾ ਆਪਣਾ ਹੱਲਾਂ ਨਾਲ ਟਾਵਲਿੰਗ ਵਾਸਤੇ ਇੱਥੇ ਇੱਕ ਹੁੱਕ ਬਣੀ ਹੈ, ਅਤੇ ਉਹ ਤਾਂ ਚਲੋ ਆਪਾਂ ਬਾਅਦ 'ਚੋਂ ਲਾ ਲਾਂਗੇ ਕਿਉਂਕਿ ਉਂਝ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਹੈ। ਅਤੇ ਆਹ ਤੁਸੀਂ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਇਹ ਟਰੈਕਟਰ ਸਾਰਾ, ਇੱਥੇ ਇਹਦੇ ਥੱਲੇ ਜਿਹੜੇ ਆ ਦੋ ਆਪਾਂ ਸੈੱਲ ਲਾਤੇ ਨੇ ਇੱਦਾਂ ਦੇ, ਠੀਕ ਹੈ, ਜਿਹੜੇ ਆਪਾਂ ਬੈਟਰੀਆਂ 'ਚ ਯੂਜ ਕਰਦੇ ਹਾਂ ਉੱਦਾਂ ਦੇ ਸੈੱਲ ਨੇ। ਅਤੇ ਹੁਣ ਮੈਂ ਪਲਟ ਕੇ ਨਹੀਂ ਵਿਖਾ ਸਕਦਾ ਕਿਉਂਕਿ ਵਿੱਚ ਇਹਦੇ ਮੂਵੀ ਪਾਇਆ ਹੋਇਆ, ਅਤੇ ਉਹ ਬਾਅਦ 'ਚੋਂ ਜਿਹੜਾ ਜੇ ਮੈਂ ਜਿਵੇਂ ਟੇਢਾ ਕਰਦਾ ਤਾਂ ਉਹ ਸਾਰਾ ਡੁੱਲ ਜੂਗਾ, ਇਸ ਕਰਕੇ ਆਪਾਂ ਇਹਨੂੰ ਚੱਕ ਕੇ ਪਲਟ ਨਹੀਂ ਸਕਦੇ, ਇੰਨਾ ਟੇਢਾ ਕਰ ਸਕਦੇ ਹਾਂ ਜ਼ਿਆਦਾ। ਅਤੇ ਬਾਕੀ ਉਂਝ ਸਾਰਾ ਠੀਕ ਹੈ, ਕਟਾਈ ਵੀ ਬਿਲਕੁਲ ਸਹੀ ਕੰਮ ਕਰ ਰਹੀ ਹੈ, ਅਤੇ ਸਪੀਡ ਵੀ ਟਰੇਟਰ ਦੀ ਠੀਕ ਹੈ ਕਿਉਂਕਿ 7.4 volt 'ਤੇ ਚੱਲ ਰਿਹਾ ਟਰੇਟਰ, ਉਸ ਹਿਸਾਬ ਨਾਲ ਇਹਦੀ ਸਪੀਡ ਠੀਕ ਹੈ। ਪਰ ਇਹਦੀ ਜਿਹੜੀ ਹੈ ਪਿੱਛੇ ਲਿਫਟ 'ਚ ਥੋੜ੍ਹੀ ਜਿਹੀ ਪ੍ਰੋਬਲਮ ਹੈ, ਠੀਕ ਹੈ, ਉਹ ਅਸਲ 'ਚ ਜਿਹੜੀ ਹੈ ਸਰਵੋ ਹੈ ਉਹਦੇ ਵਿੱਚ ਇੱਕ ਦਿੱਕਤ ਹੈ, ਜਿਹੜੀ ਆਪਣੀ ਰਾਈਟ ਇੱਧਰਲੀ ਸਰਵੋ ਨਾ ਉਹ ਥੋੜ੍ਹੀ ਜਿਹੀ ਜ਼ਿਆਦਾ ਜਿੱਦਾਂ ਖੇਤੀ ਕੰਮ ਕਰਦੀ ਹੈ, ਹਾਲਾਂਕਿ ਜਦੋਂ ਥੱਲੇ ਅੱਪੜਨੀਆਂ ਦੋਵੇਂ ਲਿਫਟਾਂ ਬਰਾਬਰ ਨੇ, ਪਰ ਜਿੱਦਾਂ ਚੱਕਣ 'ਚ ਇਹ ਥੋੜ੍ਹੀ ਜਿਹੀ ਜ਼ਿਆਦਾ ਫਾਸਟ ਹੈ, ਠੀਕ ਹੈ, ਅਗਰ ਜਿੱਦਾਂ ਆਪਾਂ ਥੱਲੇ ਸੁੱਟਦੇ ਹਾਂ ਲਿਫਟ ਅੱਜ ਛੇਤੀ ਥੱਲੇ ਤੁਰ ਜਾਂਦੀ, ਇਹ ਦਿੱਕਤ ਹੈ, ਹੋਰ ਇਹਦੇ 'ਚ ਕੋਈ ਦਿੱਕਤ ਨਹੀਂ। ਜਿੱਦਾਂ ਸਰਵੋ ਔਡਰ ਕੀਤੀਆਂ ਹੋਈਆਂ ਮੈਂ ਨਵੀਆਂ, ਜਦੋਂ ਮੇਰੇ ਕੋਲ ਸਰਵੋ ਹੋਰ ਆ ਜਾਣਗੀਆਂ ਜਿਹੜੀ ਹੈ ਮੈਂ ਬਦਲਦਾਂਗਾ ਸਰਵੋ, ਠੀਕ ਹੈ, ਉਂਝ ਹੁਣ ਲਿਫਟ 'ਚ ਕੋਈ ਦਿੱਕਤ ਨਹੀਂ ਗੀ। ਅਤੇ ਜੇ ਜ਼ਰੂਰਤ ਹੋਈ ਵੀ ਤਾਂ ਆਪਾਂ ਇਹਨੂੰ ਸਿੰਗਲ ਸਰਵੋ ਵੀ ਕਰ ਸਕਦੇ ਹਾਂ, ਜਿੱਦਾਂ ਦੋਵਾਂ ਨੂੰ ਇੱਕੋ ਡੰਡੇ ਨਾਲ ਅਟੈਚ ਕਰਕੇ, ਉਹ ਚਲੋ ਅੱਗੇ ਵੇਖ ਲਾਂਗੇ, ਫਿਲਹਾਲ ਤੁਸੀਂ ਵੇਖ ਸਕਦੇ ਹੋ ਇਹਦੇ 'ਚ ਜਿਹੜਾ ਆਪਾਂ ਯੂਜ਼ ਕੀਤੇ ਆ, ਨਾ ਹੀ ਵੀਡੀਓ ਵੂਡੀਓ ਕੁਛ ਨਹੀਂ ਯੂਜ਼ ਕੀਤਾ ਕਿਉਂਕਿ ਥਾਂ ਵਿੱਚ ਬਹੁਤ ਘੱਟ ਸੀਗਾ, ਮਸਾਂ ਸਾਰਾ ਫਿੱਟ ਕੀਤਾ ਮੈਂ। ESC ਵੀ ਇਹਦੇ ਲਈ ਛੋਟੀ ਮੰਗਾਈ ਸੀਗੀ ਤਾਂ ਈਜ਼ੀਲੀ ਇਹਦੇ 'ਚ ਫਿੱਟ ਹੋ ਗਈ ਹੈ। ਇੱਕ ਕਟਾਈ ਹੈ ਜੀ, ਅੱਗੇ ਪਿੱਛੇ ਹੁੰਦਾ ਹੈ ਅਤੇ ਲਿਫਟ ਹੈ। 6 channel ਰਿਮੋਟ ਆਪਣੇ ਕੋਲ, ਪਰ ਮੌਕੇ 'ਤੇ 3 channel ਹੀ ਚੱਲਦੇ ਨੇ ਇਹਦੇ 'ਤੇ, ਜਿੱਦਾਂ ਥਰੋਟਲ ਹੋ ਗਿਆ ਅੱਗੇ ਪਿੱਛੇ ਵਾਸਤੇ, ਠੀਕ ਹੈ, ਆਹ ਕਟਾਈ ਲਈ ਆਹ ਯੂਜ਼ ਕਰ ਰਹੇ ਆਪਾਂ। ਅਤੇ ਜਿਹੜਾ ਇਹਦੇ ਲਿਫਟ ਵਾਸਤੇ ਆਪਾਂ ਇਹਦਾ 5 channel ਯੂਜ਼ ਕਰ ਰਹੇ ਹਾਂ, ਠੀਕ ਹੈ, ਉਹ ਇਹਦਾ ਰੀਜ਼ਨ ਇਹ ਸੀ ਆਪਾਂ ਚਾਹੁੰਦੇ ਤਾਂ ਇਹਨੂੰ ਇਹਦੇ 'ਤੇ ਵੀ ਕਰ ਸਕਦੇ ਸੀ ਇੱਦਾਂ, ਠੀਕ ਹੈ, ਪਰ ਆਪਾਂ ਇਹਦੇ 'ਤੇ ਇਸ ਕਰਕੇ ਕੀਤਾ ਵੀ ਆਪਾਂ ਜਿੱਥੇ ਚਾਹੀਏ ਉੱਥੇ ਜਿਹੜੀ ਆਪਾਂ ਲਿਫਟ ਸੈੱਟ ਕਰ ਸਕੀਏ, ਜਿਵੇਂ ਜੇ ਆਪਾਂ ਇੱਥੇ ਰੋਕਣੀ ਤਾਂ ਇੱਥੇ ਲਿਫਟ ਰੁਕ ਜੂਗੀ, ਠੀਕ ਹੈ, ਜੇ ਇਹਦੇ 'ਤੇ ਆਪਾਂ ਕਰਦੇ ਫਿਰ ਜਿੰਨਾ ਚਿਰ ਆਪਾਂ ਇਹਨੂੰ ਥਰੋਟਲ ਨੂੰ ਥੱਲੇ ਰੱਖਣਾ ਸੀ ਉੰਨਾ ਚਿਰ ਹੀ ਲਿਫਟ ਨੇ ਥੱਲੇ ਰਹਿਣਾ ਸੀ, ਇਹ ਤਾਂ ਫਿਰ ਵਾਪਸ ਉੱਥੇ ਆ ਜਾਣਾ। ਜੇ ਚਾਹੀਏ ਆਪਾਂ ਇਹਦੇ 'ਤੇ ਵੀ ਕਰ ਸਕਦੇ, ਬਾਕੀ ਅੱਗੇ ਚਲੋ ਵੇਖ ਲਾਂਗੇ। ਫਿਲਹਾਲ ਟਰੈਕਟਰ ਹੁਣ ਮੌਕੇ 'ਤੇ ਤਿਆਰ ਹੈ ਜੀ ਆਪਣਾ ਬਿਲਕੁਲ, ਠੀਕ ਹੈ, ਅਤੇ ਆਹ ਵੀਡੀਓ ਇੱਥੋਂ ਤੱਕ ਹੀ ਸੀਗੀ, ਪਰਫੋਰਮੈਂਸ ਦੀ ਵੀਡੀਓ ਇਹਦੀ ਛੇਤੀ ਤੋਂ ਛੇਤੀ ਲਿਆਉਂਦਾ ਮੈਂ, ਸਾਰਾ ਟੈਸਟ ਵਗੈਰਾ ਕਰਦੇ ਹਾਂ ਆਪਾਂ, ਠੀਕ ਹੈ, ਲਿਫਟ ਲਾ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਡਿਫਰੈਂਸ਼ੀਅਲ ਉਹ ਵੀ ਟੈਸਟ ਕਰਾਂਗੇ, ਉਸ ਤੋਂ ਬਾਅਦ ਜਿਹੜੀ ਇਹਦੀ ਲਿਫਟ ਹੈ ਉਹ ਵੀ ਟੈਸਟ ਕਰਾਂਗੇ, ਲਿਫਟ ਲਈ ਵੀ ਅੱਗੇ ਹੱਲਾਂ ਪ੍ਰਿੰਟ ਕਰਾਂਗੇ 3D, ਠੀਕ ਹੈ, ਉਹਦੀਆਂ ਵੀਡੀਓ ਮਿਲ ਜਾਣਗੀਆਂ ਛੇਤੀ ਤੁਹਾਨੂੰ, ਠੀਕ ਹੈ ਜੀ। ਆਹ ਸੀ ਜੀ ਆਪਣਾ ਟਰੈਕਟਰ, ਅਤੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ।